आकाशवाणी खबरें प्रमिला जमवाल जंबवालकुला प्रधानमंत्री नरेंद्र मोदी योने पूरी दुनिया च डेटा उपलब्ध करवाने ले प्रौद्योगिकी गी, गी सबने लेई सेल बनाने दा कीता आह्वान भारत के नियंत्रक के महालेखा परीक्षक गिरीश चंद्र मुर्मू आर्टिफिशियल इंटेलीजेंस अपनाने का आह्वान किया संघ लोक सेवा आयोग यूपीएससी ने लोक सेवा परीक्षा बी सौ त्रेई प्रिमीनरी के नतीजे घोषित दिए चक्रवाती तूफान बिपरजॉय पंद्रह जून की गुजरात के सौराष्ट्र कच्छ के समुद्र लगते इलाकें पुजोग मौसम विभाग ने इन्हें प्रांतें च भारी बरखें की पेषनगोई की ਬੈਡਮਿੰਟਨ ਚ ਐਚ ਐਸ ਪ੍ਰਨੋਏ ਬੀ ਡਬਲਯੂ ਐਫ ਇੰਡੋਨੇਸ਼ੀਆ ਸੁਪਰ 1000 ਟੂਰਨਾਮੈਂਟ ਚ ਭਾਰਤ ਦੀ ਕਮਾਨ ਸੰਭਗਨ ਉਨ ਖਬਰਾਂ ਦੀ ਤਫਸੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਜੇ ਦੁਨੀਆ ਪਰ ਐਚ ਡੇਟਾ ਉਪਲਬਧਤਾ ਤੇ ਪ੍ਰਬੰਧਨ ਮਜਾਟੇ ਦੀ ਬਿੱਥ ਘਟ ਕਰਨ ਲਈ ਪ੍ਰੌਦਯੋਗਿਕੀ ਕੀ ਸਭਨੇ ਦੇ ਇਸਤੇਮਾਲ ਜੋਗ ਬਣਾਣਾ ਮਤਵ ਰਖਦਾ ਹੈ ਉਨੇ ਆਖਿਆ ਜੇ ਡਿਜੀਟਿਕਰਨ ਕਰਨੇ ਪਰ ਚਮਤਵ ਵਾਲਾ ਬਦਲਾਅ ਆਇਆ ਹੈ ਪ੍ਰਧਾਨ ਮੰਤਰੀ ਉਹਨੇ ਆਖਿਆ ਜੇ ਉੱਚੇ ਮਿਆਰ ਦੇ ਆંકੜੇ ਸਾਰਥਕ ਨੀਤੀ ਨਿਰਮਾਣ ਸਾਦਨੇ ਦੀ ਬਿਹਤਰ ਤਰੀਕੇ ਨੇ ਬੰਡ ਕਰਨੇ ਤੇ ਜਨ ਸੇਵਾ ਦੀ ਪ੍ਰਭਾਵੀ ਆਪੂਰਤੀ ਲਈ ਬੜਾ ਮੱਤਵ ਰੱਖਦੇ ਨੇ ਉਹਨੇ ਆਖਿਆ ਜੇ ਪ੍ਰੋਦਯੋਗੀਕੀ ਦਾ ਇਸਤੇਮਾਲ ਲੋਕਾਂ ਕੀ ਸਸ਼ਕਤ ਕਰਨੇ ਆંકੜੇ ਤੱਕਰ ਪੁੱਝ ਸੈਲ ਕਰਨੇ ਤੇ ਸਮਾਵੇਸ਼ਤਾ ਕੀ ਯਕੀਨੀ ਕਰਨੇ ਲਈ ਕੀਤਾ ਜਾ ਰਦਾ ਹੈ ਪ੍ਰਧਾਨ ਮੰਤਰੀ ਆਖਿਆ ਜੇ ਦੱਖਣੀ ਮੁਲਕਾਂ ਲਈ ਵਿਕਾਸ ਮੁੱਖ ਮੁੱਦਾ ਹੈ ਤੇ ਉਹਨੇ ਇਸ ਲਕਸ਼ਿਅ ਦੀ ਪ੍ਰਾਪਤੀ ਲਈ ਜ਼ਰੂਰੀ ਕਾਰਜ ਯੋਜਨਾਵਾਂ ਬਾਰੇ ਪੂਰੀ ਦੁਨੀਆ 기 ਮਜ਼ਬੂਤ ਸਨਿਆ ਦੇਣਾ ਹੋਗ। प्रधानमंत्री अज वीडियो संदेश के जरिए वाराणसी च जी ट्वेंटी मुल्खें विकास मंत्रियों की बैठक की संबोधित कराते हैं उन्हें आख्या कोविड महामारी करी दुनिया के दे दखनी देशों पर गंभीर असर पिया है जल्ले कि सियासी तनोतनी ने खुराक ऊर्जा ते उर्वरक संकट की जन्म दिता है ਇਸ ਸਥਿਤੀ ਚ ਇਹਨੇ ਦੇਸ਼ਾਂ ਦਾ ਨਿਰਣਾ ਪੂਰੀ ਮਾਨਵਜਾਤੀ ਲਈ ਮਤਵਿਆ ਲਾਉਗ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਕੱਲੈਤ ਹਮਾਰੰਭ ਉਈ ਦੀ ਵਿਕਾਸ ਮੰਚ ਚਿੰਦੀ ਮੀਟਿੰਗ ਦੀ ਅਧਿਖਸ਼ਤਾ ਕਰਾਰ ਦਿਨ ਇਹ ਮੀਟਿੰਗ ਕੱਲੈਤ ਕ ਚਲਕ 200 თਮ ਮਤੇ ਪ੍ਰਤੀਭਾਗੀ ਗੀ ਸੰਬੋਧਿਤ ਕਰਦੇ ਹੋਈ ਪ੍ਰਧਾਨ ਮੰਤਰੀ ਹੋਰੇ ਪਰੰਪਰਿਕ ਭਾਰਤੀ ਦਰਸ਼ਨ ਦਾ ਜ਼ਿਕਰ ਕੀਤਾ ਤੇ ਆਖਿਆ ਜੇ ਭਾਰਤ ਚ ਦਰਿਆਏ ਰੁਖ ਬੂਟੇ ਪਹਾੜੇ ਤੇ ਪੂਰੀ ਕੁਦਰਤ ਦੇ ਪ੍ਰਤੀ ਮਹਾਨ ਆਦਰ ਦਾ ਪਾਵੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰੂ ਨੇ ਆਖਿਆ ਜੇ ਆਪੂਰਤੀ ਸ਼੍ਰੇਂਖਲਾ ਦੀ ਇਹ ਮੁਸ਼ਕਲਾਂ ਦੁਆਰ ਸੰਕਟ ਤੇ ਊਰਜਾ ਖੁਰਾਕ ਤੇ ਉਰਵਰਕ ਸੁਰੱਖਿਆ ਪਰ ਦਬਾਅ ਕਰੀ ਵਿਸ਼ਵਿਕ ਸੱਤ ਪਰ ਆਰਥਿਕ ਬਾਲੀ ਦੀ ਸੰਭਾਵਨਾ ਦੇ ਇਸ ਲਈ ਕੋਈ ਆਸਾਨ ਨਹੀਂ ਐਨ ਲੱਭੜਦੇ ਉਨੇ ਇਨਚਨੋ ਟਿਏਂਦੇ ਨਬਟਾਰੇਗੀ ਤੇ ਰਲੀ ਹੈ বৈশ্বਿਕ ਕੋਸ਼ਿਸ਼ਾਂ ਦਾ ਆਹਵਾਨ ਕੀਤਾ ਬਰਨਸੀ ਚ ਜੀ 20 ਮੁਲਕਾਂ ਦੇ ਵਿਕਾਸ ਮੰਚੇ ਦੀ ਬੈਠਕ ਕੀ ਸੰਬੋਧਿਤ ਕਰਦੋਈ ਸ੍ਰੀ ਜੈ ਸ਼ੰਕਰ ਉਰ ਨੇ ਆਖਿਆ ਜੇ ਭਾਰਤ ਨੇ ਟਿਕਾਊ ਵਿਕਾਸ ਤੇ ਲਕਸ਼ਿਆਲੀ ਪੇਠਾ ਰਫਤਾਰ ਤੇਜ਼ ਕਰਨ ਲਈ ਸੱਤੇਂ ਬਰਿੰਦੀ ਮਤਵੇਲੀ ਯੋਜਨਾ ਬਣਾਈ ਹੈ ਇਹ G20 ਦੇਸ਼ਾਂ ਦੀ ਇੱਕੀਕ੍ਰਿਤ ਤੇ ਸਮਾਵੇਸ਼ੀ ਕਾਰਵਾਈ ਦੀ ਰੂਪਰੇਖਾ ਪੇਸ਼ ਕਰਦੀ ਹੈ। ਸ਼੍ਰੀ ਜੈ ਸ਼ੰਕਰ ਹੋਰ ਨੇ ਆਖਿਆ ਜੀ G20 ਦੇਸ਼ਾਂ ਦੇ ਵਿਕਾਸ ਮੰਤਰੀਆਂ ਦੀ ਬੈਠਕ ਨੇ ਵਿਕਾਸ ਮੁੱਦੇ ਪਰ ਇੱਕ ਜੁਟਤਾ ਦੱਸਣੇ ਦਾ ਮੌਕਾ ਹੈ। ਭਾਰਤ ਦੇ ਨਿਯੰਤਰਕ ਤੇ ਮਹਾਲੇਖਾ ਪਰੀਖਕ ਗਿਰਿਸ਼ ਚੰਦਰ ਮੁਰਮੋਰੇ ਲੇਖਾ ਪਰੀਖਾ ਪ੍ਰਕਿਰਿਆਵਾਂ ਦੀ ਹੋਰ ਅਸਰਦਾਰ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਪਣਾਉਣ ਦਾ ਆਹਵਾਨ ਕੀਤਾ ਹੈ ਉਮਾ ਸ਼੍ਰੀ ਮੁਰਮੂਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖਤਰੇ ਖਿਲਾਫ ਸੋਗ ਕਰਦੇ ਹੋਏ ਆਖਿਆ ਜੇ ਨੀਤੀ ਨਿਰਮਾਤਾ ਲਈ ਜ਼ਰੂਰੀ ਹੈ ਜੇ ਉਹ ਇਸ ਤਕਨੀਕੀ ਦਾ ਜ਼ਿੰਮੇਵਾਰੀ ਕਰਨੇ ਇਸਤੇਮਾਲ ਕਰਨੇ ਆਲੀਆਂ ਪ੍ਰਕਿਰਿਆਵਾਂ ਲਾਗੂ ਕਰਨ ਸ਼੍ਰੀ ਮੁਰਮੂ ਅੱਜ ਪੰਜੀਤ ਚ G20 ਦੇ ਲੇਖਾ ਪ੍ਰੀਖਿਆ ਸੰਸਥਾਨ ਦੇ ਸਭਨੇ ਸ਼ਬਦ ਦੇ ਅਧਿਕਾਰਤਾ ਸਮੂਹ ਦੇ ਦੂਏ ਸ਼ਿਖਰ ਸੰਮੇਲਨ ਚ ਉਦਘਾਟਨ ਪਾਸ਼ਣ ਦੇ ਆਰ ਦੇ ਹੈ ਉਨੇ ਆਖਿਆ ਆਡਿਟਿੰਗ ਚ ਸੁਸ਼ਾਸਨ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਕਰਨੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਮੁੰਦਰੀ ਅਰਥਵਿਵਸਥਾ ਦੇ ਆਡਿਟ ਚ ਸਰਵੋੱਚ ਲੇਖਾ ਪਰਿਖषक ਸੰਸਥਾ ਨੇ ਦੀ ਮੱਤਵੈਲੀ ਭੂਮਿਕਾ ਹੈ ਸ਼੍ਰੀ ਮੁਰਮੂਰ ਨੇ ਆਖਿਆ ਜ્ઞાન ਸਾਂਝਾ ਕਰਨੇ ਤੇ ਸਮਰਥਨ ਨਿਰਮਾਣ ਲਈ ਇਨੇ ਸੰਸਥਾ ਨੇ ਵਿਚਕਾਰ ਆਪਸੀ ਸਹਿਯੋਗ ਬੜਾ ਜ਼ਰੂਰੀ ਹੈ संघ लोक सेवा आयोग ने भी सौ त्रई बरे यूपीएससी प्रिलिमिनरी के नतीजे घोषित कर हैं आयोग ने कुल चौदह जार चौबी मदवारें पास घोषित करते हुई उन्हें अगले गैड ले सिफारिश की ਪ੍ਰੀਲਿਮਿਨਰੀ ਮਤਿਆਨ ਦੇ ਨਤੀਜੇ UPSC ਦੀ ਅਧਿਕਾਰਿਕ ਵੈਬਸਾਈਟ upsc.gov.in ਪਰ ਦੇਖੇ ਜਾ ਸਕਦੇ ਹਨ ਇਹ ਮਤਿਆਨ 28 ਮਈ ਗੀ ਲੈਤਾ ਗਿਆ ਹਾ ਤੇ ਅਗੜੇ ਗੇੜ ਯਾਨੀ ਮੇਨਸ ਮਤਿਆਨ 15 ਸਤੰਬਰ ਗੀ ਲੈਤਾ ਜਾਣਾ ਹੈ ਇੱਕ ਖਬਰਾਂ ਤੁਸ ਆਕਾਸ਼ਵਾਣੀ ਪਰ ਸੁਣਾਰ ਦਿਓ ਮੌਸਮ ਵਿਭਾਗ ਨੇ ਗੁਜਰਾਤ ਦੇ ਕੱਚ ਤੇ ਸੌਰਾਸ਼ਟਰ ਅਲੇ ਸਮੁੰਦਰਕਨ ਲਗਦੇ ਇਲਾਕਿਆਂ ਚ ਪਾਰੀ ਬਰਖਾ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਮਛੇਰਿਆਂ ਨੂੰ ਸਮੁੰਦਰ ਚ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ चक्रवात बिपर 15 पंद्रह जून की बड़ा खतरनाक रूप है गुजरात के कच्छ जिले मांडवी पाकिस्तान के कराची शहर तकर पुजी है इस स्थिति ध्यान रखते हुए मौसम विभाग ने गुजरात के बंदरगाहें पर एलडब्ल्यू फोर सिग्नल जारी करी मौसम विभाग ने वीरवर बड्डे गुजरात के सौराष्ट्र कच्छ देवभूमि द्वारका पोरबंदर जामनगर राजकोट जूनागढ़ मोरबी जिलें च एक सौ भी पैंती किलोमीटर फी घे की रफ्तार सौ पंताली किलोमीटर फी घंटे की रफ्तार आलिय तेज बाएं ते भारी बरखा चेतावनी जारी की है मौसम विभाग दिए प्रांतीय निदेशक सुश्री मोहंती ने आकाशवाणी की जे राज्य के छ तटीय जिलें च तूफान का असर चौदह जून थमागे लबना शुरू जाग पंद्रह जून की समुद्री तूफान का भी अंदेशा है मछेरें सख्त निर्देश दिते जन्दन जे ओ पंद्रह जून की समुद्र च नहीं जान मुख्यमंत्री भूपेंद्र पटेल होने राज्य आपात केन्द्र वीडियो ਕਾਨਫਰencing ਦਸ ਰਿਸਤਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਲਿਆ ਆਪਾਤ ਸਥਿਤੀ ਦੇ ਪ੍ਰਬੰਧਨ ਲਈ ਨਵੇਂ ਮੰਤਰੀਆਂ ਕੀ ਜ਼ਿੰਮੇਵਾਰੀ ਸੌਂਪੀ ਗਈ ਹੈ ਰਾਜ ਸਰਕਾਰ ਨੇ ਬਾਈ ਸੇਨਾ ਨੌਸੇਨਾ ਤੱਟੀય ਸੁਰੱਖਿਆ ਬਲ ਤੇ ਸੇਨਾ ਦੀ ਮਦਦ ਲਈ ਪਹਿਲੰਗੇ ਤਾਲਮੇਲ ਬਣਾਈ ਰੱਖੇ ਦਾ ਹੈ ਐਸ ਡੀ ਆਰ ਐਫ ਦੀਆਂ 12 ਟੀਮਾਂ ਇਨੇ ਇਲਾਕਿਆਂ ਚ ਤੈਨਾਤ ਕੀਤੀਆਂ ਗਈਆਂ ਹਨ ਰਾਸ਼ਟਰੀ ਜਾਂਚ ਏਜੰਸੀ NIA ਨੇ ਅਤੰਕਵਾਦੀ ਗਤੀਵਿਧੀਆਂ ਲਈ ਰੁਪਿਆ ਪੈਸਾ ਮੋਈ ਅਕਰਵਾਣ ਦੇ ਇੱਕ ਮਾਮਲੇ 'ਚ ਕਪਵੜਾ ਜ਼ਿਲ੍ਹੇ 'ਚ ਕਾਰੋਬਾਰੀ ਜ਼ਹੂਰ ਅਹਿਮਦ ਸ਼ਾ ਬਟਾਲੀ ਦੀਆਂ ਸੰਪਤੀਆਂ ਕੀ ਅਟੈਚ ਕੀਤਾ ਹੈ ਅਧਿਕਾਰਿਕ ਸੂਤਰੇ ਮੁਜਬ NIA ਦੀ ਇੱਕ ਟੀਮ ਨੇ ਉੱਤਰੀ ਕਸ਼ਮੀਰ ਦੇ ਹੰਦਵਾੜਾ 'ਚ ਕਚਵਾਰੀ ਤੇ ਭਗਤਪੁਰਾ ਗਰਾਂਜ 'ਚ ਬਟਾਲੀ ਦੇ ਨਾਂ 'ਤੇ ਮੌਜੂਦ ਸੰਪਤੀਆਂ ਕੀ ਅਟੈਚ ਕੀਤਾ ਹੈ ਇਨੀਆਂ ਸੰਪਤੀਆਂ ਚ ਬਟਾਲੀ ਦੇ ਨਾਂ ਪਰ ਮੌਜੂਦ ਜ਼ਮੀਨ ਵੀ ਸ਼ਾਮਿਲ ਹੈ ਬਟਾਲੀ ਕੀ 2017 ਚ ਗੈਰ ਕਾਨੂੰਨੀ ਗਤੀਵਿਧੀਆਂ ਪਰ ਰੋਕ ਸਰਬੰਦੀ ਯੂਏਪੀਏ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹ ਪਿਛਲੇ ਬਰੇ ਮਈ ਮਹੀਨੇ ਉਹਦੇ ਕਿਸ ਹੋਰ ਨੇ ਖਿਲਾਫ ਆਰੋਪ ਦਰਜ ਕੀਤੇ ਗਏ ਹੈ ਜਿੰਦੇ ਚ 2017 ਦੌਰਾਨ ਜੰਮੂ ਕਸ਼ਮੀਰ ਚ ਆਤੰਕਵਾਦੀ ਤੇ ਬਖਵਾਦੀ ਗਤੀਵਿਧੀਆਂ ਚਲਾਣੇ ਸਰਬੰਧੀ ਆਰੋਪ ਸ਼ਾਮਲ ਹੈ ਪਿਛਲੇ ਬਰੇ ਖਰਾਬ ਸੇਤ ਦੀ ਬਨਾ ਪਰ ਉਸੇ ਜੇਲੇ ਚ ਬਾਹਰ ਕੱਢੀ ਹੈ ਉਹਦੇ ਆਪਣੇ ਘਰ ਚ ਗਏ ਨਜ਼ਰਬੰਦ ਰੱਖਿਆ ਗਿਆ ਦਾ ਕੇਂਜੀ ਮੰਤਰੀ ਡਾਕਟਰ ਦਿਤਿੰਦਰ ਸਿੰਘੂ ਨੇ ਅੱਜ ਆਖਿਆ ਜੇ ਸਰਕਾਰ ਮੁਲਕ ਦੇ ਅਰ ਦੂਰ ਦਰੇਡੇ ਇਲਾਕੇ ਤੱਕ ਪਹੁੰਚਾਰਦੀ ਹੈ ਤੇ ਪਿਛਲੇ 6 ਦਾਕੀਂ ਕੁਲਾ ਮਤੇ ਸਮੇਂ ਤਮਾ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦੇ ਸਦੇ ਨਿਲੇ ਅਰ ਮੁਮਕਨ ਯਤਨ ਕਰਾਰ ਦੀ ਹੈ ਕੀਜੀਏ ਇਨੇ ਇਲਾਕੇ ਦੀ ਭਲਾਈ ਬਿਹਤਰੀ ਤੇ ਤਰੱਕੀ ਬਖੀ ਪਹਿਲੇ ਕੋਈ ਧਿਆਨ ਨਹੀਂ ਦਿੱਤਾ ਗਿਆ ਉਹ ਅੱਜ ਉਦਮਪੁਰ ਜ਼ਿਲ੍ਹੇ ਦੇ ਦੂਰ ਦਰੇ ਇਲਾਕਿਆਂ ਚ ਬੱਟਲ ਬਲੀਆਂ ਚ ਕੇਂਦਰ ਚ ਮੋਦੀ ਸਰਕਾਰ ਦੇ ਨੌਬਰੇ ਪੂਰਿਓ ਨੇ ਦੇ سلسلے ਚ ਲੁਆਏ ਗੇ ਦੇ ਇੱਕ ਕਾਰਜਕ੍ਰਮ ਦੌਰਾਨ ਬੋਲਾਰਦੇ ਹੈ ਇਸ ਮੌਕੇ ਉਹਨੇ ਕੇਂਦਰ ਸਰਕਾਰ ਰਾਸਿਆ ਸ਼ੁਰੂ ਕੀਤੀ ਗਈ ਦੀ ਬਖ ਬਖਸ ਕੀ ਮਦਾਬੀ ਜ਼ਿਕਰ ਕੀਤਾ ਜਿੰਦੇ ਰਾਂ ਗ੍ਰਾਮੀਣ ਇਲਾਕਿਆਂ ਦਾ ਬਾਦ ਦਾ ਵਿਕਾਸ ਯਕੀਨੀ ਬਣਾ ਕਰਦਾ ਹੈ ਦੁਨੀਆ ਪਰ ਇਹ ਅੱਜ ਬਾਲ ਮਜੂਰੀ ਦੇ ਖਿਲਾਫ ਦਿਹਾੜਾ ਮਨਾਇਆ ਜਾ ਰਿਹਾ ਹੈ ਇਹਦਾ ਮਕਸਦ ਦੁਨੀਆ ਪਰ ਇਹ ਬਾਲ ਮਜੂਰੀ ਦੇ ਖਿਲਾਫ ਬਦਦੇ ਅੰਦੋਲਨ ਦੀ ਸਮਰਥਨ ਤੇ ਮਜ਼ਬੂਤੀ ਦੇਣੇ ਕੰਨੇ ਇਸ ਮਾੜੀ ਕਵੈਥ ਪਰ ਰੋਕ ਲਾਣੇ ਦੇ ਯਤਨੇ ਦੀ ਬੜਾਵਾ ਦੇਣਾ ਹੈ ਇਸ ਬਾਰੇ ਇਸ ਦਿਹਾੜੇ ਦਾ ਨਾਰਾ ਹੈ ਸੋਸ਼ਲ ਜਸਟਿਸ ਫਾਰ ਆਲ ਐਂਡ ਚਾਈਲਡ ਲੇਬਰ ਮਤਲਬ ਸਭਨੇ ਲਈ ਸਮਾਜੀ ਨਿਆਂ ਲਈ ਬਾਲ ਮਜੂਰੀ ਦੇ ਚਲਨ ਦੀ ਖਤਮ ਕਰਨਾ ਅੱਜ ਦੁਨੀਆ ਪਰ ਇਹ ਤਕਰੀਬਨ 21 ਕਰੋੜ 80 ਲੱਖ ਨਿਆਣੇ ਕੰਮ ਕਰਾਰ ਦੇਣ ਜਿੰਦੇ ਚ ਮਤੇ ਹਾਰੇ ਪੂਰੇ ਸਮੇਂ ਯਾਨੀ ਫੁੱਲ ਟਾਈਮ ਕੁਸੇ ਉਰ ਬਾਲਕ ਮਜ਼ਦੂਰ ਅਲ ਲੇਖਾ ਕੰਮ ਕਰਾ ਦਿੰ ਇੰਦੇ ਚਾ ਅਧਿਕੁਲ ਮਤੇ ਨਿਆਨੇ ਨੇ ਅਲਾ ਚ ਕੰਮ ਕਰਾ ਦਿੰ ਜਿਹੜਾ ਉਂਦੀ ਸੇਤੂ ਆਸੈ ਨੁਕਸਾਨਦਾਇਕ ਕੇ ਨਹੀਂ ਉਂਦੀ ਜਾਨ ਲਈ ਵੀ ਖਤਰਾ ਹੈ ਇਦੇ ਚ ਬੰਦੂਆ ਮਜ਼ਦੂਰੀ ਸਮੇਤ ਬਾਕੀ ਹੋਰ ਕਈ ਕੰਮ ਵੀ ਸ਼ਾਮਲ ਨਾ ਬਾਲ ਮਜ਼ਦੂਰੀ ਖਿਲਾਫ ਇਸ ਤਿਹਾਰੇ ਦੇ ਮੌਕੇ ਦੁਨੀਆ ਦੇ ਬਾਕੀ ਸੈਨ ਲੇਖਾ ਜੰਮੂ ਕਸ਼ਮੀਰ ਚ ਵੀ ਕਈ ਚਾਲੀ ਦੇ ਆਯੋਜਨ ਕੀਤੇ ਜਾ ਰਹੇ ਜਿੰਦੇ ਚ ਵਿਚਾਰ ਗੋਸ਼ਟੀਆਂ ਬੈਸ ਮੋਬਾਈਲ ਸੇ ਰੈਲੀਆਂ ਤੇ ਬਖ ਬਖ ਚਾਲੀ ਦੀਆਂ ਪ੍ਰਤੀਯੋਗਤਾ ਵੀ ਸ਼ਾਮਲ ਨਾ ਜਿੰਦੇ ਰਾਇ ਲੋਕेंगे ਕਿ ਬੱਚੇ ਆਸਿਆ ਮਜ਼ਦੂਰੀ ਕਰਾਇਆ ਜਾਣੇ ਦੇ ਮਾਰੇ ਚੱਲਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ मजूर बस्तियों च जाइए भी स्वयंसेवी संगठन अपने बच्चें पढ़ाने की कच्ची उम्र च कमें पर नहीं लाने की सलाह द दिन -दिन। ਮੁਲਖੇਚ ਚ ਚੱਲ ਰਿਹਾ ਕੋਵਿਡ ਰੋਦੀ ਟੀਕਾ ਕਰਨ ਅਭਿਆਨ ਤਹਿਤ ਅਜਿੰਤੋੜੀ 220 ਕਰੋੜ 67 ਲੱਖ 30 ਹਜ਼ਾਰ ਸ਼ਮਤੇ ਟੀਕੇ ਲਾਈ ਜਾਈ ਚੁਕੇ ਹਨ ਪਿਛਲੇ 24 ਘੰਟਿਆਂ ਦੌਰਾਨ ਮੁਲਖੇਚ ਕੋਵਿਡ ਸ਼ਬਚਾ ਅਲੇ 150 ਹਜ਼ਾਰ ਟੀਕੇ ਲਾਇ ਗੇਨ ਮੁਲਖੇਚ ਕੋਵਿਡ ਕਰੀ ਦਮ ਤੋੜਨ ਵਾਲੀ ਦੀ ਗਿਣਤੀ ਇਹਲੇ 531892 ਜਿਸ ਲੇ ਕਿ ਇਹ ਦੇਸ਼ਾ ਬਲ ਉਹਨੇ ਲਿੰਦੀ ਰਾਸ਼ਟਰੀ ਦਰ 98.81 ਫੀਸਦੀ ਤੱਕ ਪੁੱਜੀ ਗਈ ਹੈ ਪਿਛੇ ਚੌਵੀ ਕੈਂਟਨ ਦੌਰਾਨ ਮੁਲਖੇਜ ਕੋਵਿਡ ਦੇ 92 ਨਵੇਂ ਮਾਮਲੇ ਸਾਹਮਣੇ ਆਏ ਜਿਸ ਲੇ ਕਿ ਇਸ ਦੌਰਾਨ 192 ਲੋਕ ਇਹਦੇ ਸਾਹ ਠੀਕ ਵੀ ਹੋਏ ਨਾ ਮੁਲਖੇਜਨ ਕੋਵਿਡ ਦੇ ਸਕਰੀਏ ਮਾਮਲੇ ਦੀ ਗਿਣਤਰੀ ਘਟਿਏ 2350 ਤੱਕ ਕਰਾਈ ਪੁੱਜੀ ਹੈ ਤਵਹੀਂ ਸਰਕਾਰ ਨੇ ਮੀਡੀਆ ਚਾਬਰਦੀਆਂ ਨੇ ਖਬਰਾਂ ਕੀ ਖਾਰਜ ਕਰ ਦਿੱਤਾ ਹੈ ਜਿ ਕੋਵਿਡ ਪਲੇਟਫਾਰਮ ਦਾ ਸਾਰਾ ਡਾਟਾ ਲੀਕ ਤੇ ਗਲਤ ਹੋਈ ਗਿਆ ਹੈ ਸਰਕਾਰ ਨੇ ਆਖਿਆ ਜੇ ਇਹ ਭ੍ਰਾਂਪਲੀਅਨ ਇਹ ਨਿਰਧਾਰ ਤੇ ਝੂਠ ਪਰ ਅਧਾਰਿਤ ਨ ਤੇ ਕੋਵਿੰਨ ਪੋਰਟਲ ਪਰ ਸਾਰਾ ਡਾਟਾ ਪੂਰੀ ਚਾਲੀ ਸੁਰੱਖਿਤ ਹੈ। ਜਪਾਨ ਦੇ ਉੱਤਰੀ ਪ੍ਰਾਂਤ ਹੋਕਾਈਡੋ ਚ ਕਲਪੁਨਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਪਰ ਪੁਨਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਹੁਣ ਅਜੇ ਤੱਕ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ। ਪੁੰਚਾਲ ਦਾ ਕੇਂਦਰ ਉਰਾਕਾਵਾ ਸ਼ਹਿਰੇ ਚ ਸਤਤਮਾ 140 ਕਿਲੋਮੀਟਰ ਐਡਸ ਤੇ ਥਾ ਏਜੰਸੀ ਨੇ ਦੱਸਿਆ ਜੇ ਚੀਟੋਸ ਤੇ ਆਤਸੂ ਮੋਚੋ ਸ਼ਹਿਰੇ ਸਮੇਤ ਮਤੇਹਰੀ ਟਾਪੂ ਵਿੱਚ ਵੀ ਪੁੰਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇੱਕ ਖਬਰਾਂ ਤੋਂ ਆਕਾਸ਼ਵਾਣੀਪਰਾ ਸੁਨਾਰ ਦਿਓ ਪਰਦੀ ਐਚ ਐਸ ਪ੍ਰਨੋਏ ਕੱਲੇ ਥਮਾ ਸ਼ੁਰੂਆਤ ਦੇ ਬੀ ਡਬਲਯੂ ਐਫ ਸੁਪਰ 1000 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਚਪਾਰਤੀ ਚੁਣੌਤੀ ਦੀ ਅਗਵਾਈ ਕਰਗਨ ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਐਚ ਐਸ ਪ੍ਰਨੋਏ ਦਾ ਸਾਹਮਣਾ ਪਹਿਲੀ ਦੌਰ ਚ ਜਾਪਾਨ ਦੇ ਕੈਂਟਾ ਨਿਸ਼ਿਮੋਟੋ ਕੋ ਨੈ ਹੋਗ ਜਿਹਦੇ ਮਗਰਾਂ ਦੋਏ ਤੌਰ ਚ ਚੀਨ ਦੇ ਸ਼ੀ ਯੂਕੀ ਕਨੇਟ ਕਰ ਸਕਦੀ ਹੈ ਦਾਉ ਬਾਰੀ ਦੀ 올림픽 ਚੋ ਤਕਮਾ ਜਿੱਤੀ ਦੀ ਪੀਵੀ ਸਿੰਧੂ ਤੇ 2021 ਚ ਵਿਸ਼ਵ ਚੈਂਪੀਅਨਸ਼ਿਪ ਚ ਕਹਿੰਦਾ ਤਕਮਾ ਜਿੱਤੇ ਦੇ ਸ਼੍ਰੀਕੰਤ ਬਿਹਤਰ ਸ਼ੁਰੂਆਤੀ ਕੋਸ਼ਿਸ਼ ਕਰਨਗਣ ਬੀਡਬਲਯੂਐਫ ਵਿਸ਼ਵ ਟੂਰ 6 ਸਤਾਂ ਚ ਤਕਸੀਮ ਕੀਤਾ ਗਿਆ ਹੈ ਵਰਲਡ ਟੂਰ ਫਾਈਨਲਸ 4 ਸੁਪਰ 1000 6 ਸੁਪਰ 750 7 ਸੁਪਰ 500 ਤੇ 11 ਸੁਪਰ 300 ਰਿਜਰੀ ਜ਼ਿਲ੍ਹੇ ਦੇ ਟਾਂਗਰੀ ਗ్రాਂਚ ਇਸ ਵਾਰ ਜਿਹੜੇ ਅਤੰਕਵਾਦੀ ਅਮਲ ਨੇ ਚ 7 ਆਮ ਨਾਗਰਿਕ ਮਾਰੇਗੇ ਹੈ ਅਜਿੰਦੇ ਪਰਿਵਾਰਾਂ ਦੇ ਲੋਕਾਂ ਜੰਮੂ ਪੁਂਚ ਜਰਨੇਲੀ ਸੜਕੇ 'ਚ ਮੁਰਾਦਪੁਰ ਕਸ਼ਤਰਨਾ ਦਿੱਤਾ ਮਾਰੇਗੇ ਦੇ ਆਮ ਨਾਗਰਿਕੀਂ ਦੀਆਂ ਫੋਟੋਆਂ ਫਗੜੀ ਹੈ ਗ੍ਰਾਂਦੇ ਲੋਕਾਂ ਜਰਨੇਲੀ ਸੜਕੇ 'ਤੇ ਨਾਰੇ ਲਾਇਤੇ ਨਿਆਂ ਦੀ ਮੰਗ ਕੀਤੀ ਪ੍ਰਦਰਸ਼ਨਕਾਰੀਆਂ ਦਾ ਅੱਖ ਨਾ ਹ ਜੇ ਇਸ ਸਾਜ ਸੀਗੀ 6 ਮਹੀਨੇ ਹੋ ਗਏ ਤੇ ਅਜਿੰ ਤੋੜੀ ਕੋਈ ਸਖਤ ਗੈਂ ਨਹੀਂ ਪੁੱਟੀ ਗਈ ਹੈ ਤੇ ਨਾਂਗੇ ਇਸ ਅਮਲੀ ਦੀ ਦੋਸ਼ੀਂਗੀ ਫਗੜੀ ਹੈ ਸਜ਼ਾ ਦਿੱਤੀ ਗਈ ਹੈ ਸੰਬਜ਼ਿਲਿਚ ਭਾਰਤ ਪਾਕਿਸਤਾਨ ਬੰਨੇ ਕਰਨੇ ਲਗਦੇ ਇਲਾਕੇ ਰਾਮਗੜ ਦੇ ਬਾਸੜਡੇ ਕੋਲ ਅਜਬੜਲੇ ਸਵੇਲਾ ਗੋਲੀ ਚਲਨੇ ਦੀ ਇੱਕ ਵਾਰਦਾਤ ਮਗਰਾ ਦੌਂ ਤੜੇ ਮਿਸ਼ਕਾਰ ਚੜਾ ਫਚ ਤਰੇਜ ਨੇ ਜ਼ਖਮੀ ਹੋਈਗੇ ਜਿੰਦੇਚ ਇੱਕ ਪੰਜਾਬ ਦਾ ਰੌਣੇ ਆਲਾ ਹਾ ਮੋਰੀਸ਼ਸ ਚ ਭਾਰਤ ਦੇ ਉ ਚਾ ਯੁਕਤ ਵਿਮਰਸ਼ ਆਰਿਅਨੌਰ ਅਜ ਰਾਜ ਭਵਨ ਚੋਂ ਰਾਜਪਾਲ ਮਨੋਤ ਸਿੰਘ ਹਵਰਿੰਗਿ ਮਿਲੇ ਮਲਾਟੀ ਦੌਰਾਨ ਦੋਨੇ ਬਸ਼ਕਾਰ ਕਈ ਵੱਖ-ਵੱਖ ਤੇ ਮਤਵਲੇ ਵਿਸ਼ੇ ਪਰ ਗੱਲਬਾਤ ਹੋਈ ਜਿੰਦੇ ਚ ਜੀ 20 ਬੈਠਕ ਦਾ ਆਯੋਜਨ ਜੰਮੂ ਕਸ਼ਮੀਰ ਚ ਵਪਾਰ ਕਾਰੋਬਾਰ ਤੇ ਸੈਲਸਫਾ ਦੀ ਸਮਰਥ ਤੇ ਇਥੇ ਬਖ ਬਖ ਖੇਤਰੀਂ ਚ ਰਾਸ ਪੂੰਜੀ ਲਾਨੇ ਦੀ ਸੰਭਾਵਨਾ ਬੀ ਸ਼ਾਮਲ ਨਾ ਇਹਦੇ علاوہ ਵੈਦਿਕ ਸੰਸਥਾਨ ٹرسٹ ਤੇ SKIMS ਸ਼੍ਰੀਨਗਰ ਦੀ ਫੈਕਲਟੀ ਵੈਲਫੇਅਰ ਫੋਰਮ ਦਾ ਇੱਕ ਸਿਸ਼ਟ ਮੰਡਲ ਵੀ ਉਪ ਰਾਜਪਾਲ ਉੰਦਿਨੇ ਮਿਲਿਆ ਰਾਜ ਸਭਾ ਸੰਸਦ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਇੰਗਲਾਇਆ ਜੰਮੂ ਕਸ਼ਮੀਰ ਆਰ ਖੇਤਰ ਚ ਵਿਕਾਸ ਦੀ ਬੱਤੇ ਪਰ ਤੇਜ਼ੀਆ ਕਰਨੇ ਅਗੜਾ ਬੜਰਦਾ ਹੈ ਮੋਦੀ ਸਰਕਾਰ ਦੇ ਨੌਬਰੇ ਪੂਰੇਉ ਨੇ ਪਰ ਕੁਫਵਾੜਾ ਚਲਵਾਏ ਗਈ ਦੀ ਇੱਕ ਬੈਠਕ ਕੀ ਸੰਬੋਧਿਤ ਕਰਦੀ ਹੋਈ ਉਹਨੇ ਗਲਾਇਆ ਜੇ ਬੱਕ ਬੱਕ ਸਿਆਸੀ ਪਾਰਟੀਆਂ ਆਪਣੇ ਫਾਇਦੇ ਲਈ ਜੰਮੂ ਕਸ਼ਮੀਰ ਦੇ ਲੋਕਾਂ ਕੀ ਤਕਰੀਬਨ ਤਬਾਕ ਕਰੀ ਓੜਿਆ मौसम विभाग आसे मुझे दी ग जानकारी मुजब अगले चौबी घंटे दौरान जम्मू कश्मीर मौसम खुष्क रोहने की मदद है ते तेरह को सतारा जून तोड़ी किश थारे टामी टामी कनी कनौने किश च गर्जी चमक्य बरखा बरने के असार जमू खिते देश थारे पर चौदह ते पंद्रह जून की दरमयाने भारी दर्जे की बरखा भी हो है खास खास खबरें एक वरी पर थी है। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਪੂਰੀ ਦੁਨੀਆ ਚ ਡਾਟਾ ਉਪਲਬਧ ਕਰਵਾਉਣੇ ਲਈ ਤਕਨੋਲੋਜੀ ਕੀ ਗੀ ਸਭ ਨੇ ਲਈ ਸੈਲ ਬਣਾਉਣੇ ਦਾ ਕੀਤਾ ਆਹਵਾਨ ਭਾਰਤ ਦੇ ਨਿਯੰਤਰਕ ਤੇ ਮਹਾਲੇਖਾ ਪਰਿਖषक ਗਿਰਿਸ਼ ਚੰਦਰ ਮੁਰਮੂਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਪਣਾਉਣੇ ਦਾ ਆਹਵਾਨ ਕੀਤਾ संघ लोक सेवा आयोग यूपीएससी ने लोक सेवा परीक्षा 2023 प्रीलिमिनेरी दे नतीजे घोषित कर दितिन चक्रवाती तूफान बेपरजॉय 15 जून गी गुजरात दे सौराष्ट्र ते कच्छ दे समुद्र कने लागदे इलाके च उपयुक्त मौसम विभाग ने इने प्रांतीय च भारी बरखे दी پیشن گوئی ਕੀਤੀ है ते बैडमिंटन च एचएस प्रणॉय बीडब्ल्यूएफ इंडोनेशिया सुपर 1000 टूर्नामेंट च भारत दी कमान संभालन खबरिन दे बुलेटिन च बस इना गै